ਪੀ ਤੜਕਾ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਮੈਕਰੋਨੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਅਸੀਂ ਪਾਣੀ ਰੱਖਿਆ ਜੀ ਗਰਮ। ਪਾਣੀ ਸਾਡਾ ਗਰਮ ਹੋ ਚੁੱਕਾ ਆ। ਅਸੀਂ ਇਹਦੇ ਵਿੱਚ 2 ਚਮਚੇ ਪਾਏ ਆ ਜੀ ਓਇਲ ਦੇ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮੈਕਰੋਨੀ। ਹਾਂਜੀ, ਹੁਣ ਅਸੀਂ ਇਹਨੂੰ ਗਰਮ ਹੋਲੇ ਰੱਖ ਦੇਵਾਂਗੇ 10 ਮਿੰਟ ਵਾਸਤੇ। ਹਾਂਜੀ, ਹੁਣ ਸਾਡੀ ਮੈਕਰੋਨੀ ਹੈ ਚੰਗੀ ਤਰ੍ਹਾਂ ਪੱਕ ਚੁੱਕੀ ਆ। ਹੁਣ ਅਸੀਂ ਇਹਨੂੰ ਬਾਹਰ ਕੱਢ ਲਵਾਂਗੇ। ਸਾਡੀ ਮੈਕਰੋਨੀ ਆ ਚੰਗੀ ਤਰ੍ਹਾਂ ਪੱਕ ਚੁੱਕੀ ਆ। ਅਸੀਂ ਲਿਆ ਜੀ ਅਦਰਕ, ਲਸਣ ਤਾਂ ਪਿਆਜ਼, ਸ਼ਿਮਲਾ ਮਿਰਚਾਂ ਲਈਆਂ ਜੀ, ਗਾਜਰਾਂ ਲਈਆਂ ਜੀ, ਹਰੀ ਮਿਰਚ, ਟਮਾਟੋ ਪੇਸਟ ਗ੍ਰਾਇੰਡ ਕੀਤਾ ਹੋਇਆ, ਔਰ ਚਿੱਲੀ ਸੌਸ ਆ ਸਾਡੀ ਜੀ, ਟਮਾਟੋ ਸੌਸ ਆ, ਆ ਜੀ ਧਨੀਆ ਸਾਡਾ। ਸਾਡਾ ਤੇਲ ਜੀ ਗਰਮ ਹੋ ਚੁੱਕਾ ਆ। ਤੇਲ ਦੇ ਸਿਰਫ ਤੁਸੀਂ 2 ਹੀ ਚਮਚੇ ਲੈਣੇ, ਜ਼ਿਆਦਾ ਨਹੀਂ ਲੈਣੇ। ਅਸੀਂ ਇਹਦੇ ਵਿੱਚ ਪਾ ਤਾ ਜੀ ਅਦਰਕ, ਅਦਰਕ ਸਾਡਾ ਹੋ ਚੁੱਕਾ ਹੈ। ਅਸੀਂ ਹੁਣ ਇਹਦੇ ਵਿੱਚ ਐਡ ਕਰਾਂਗੇ ਲਸਣ। ਲਸਣ ਤੋਂ ਬਾਅਦ ਅਸੀਂ ਐਡ ਕੀਤਾ ਜੀ ਇਹਦੇ ਵਿੱਚ ਪਿਆਜ਼। ਪਿਆਜ਼ ਸਾਡੇ ਹੋ ਚੁੱਕੇ ਆ ਜੀ। ਅਸੀਂ ਹੁਣ ਇਹਦੇ ਵਿੱਚ ਐਡ ਕੀਤੀ ਹੈ ਸ਼ਿਮਲਾ ਮਿਰਚ। ਹੁਣ ਅਸੀਂ ਇਹਦੇ ਵਿੱਚ ਪਾਈਆਂ ਜੀ ਗਾਜਰਾਂ। ਥੋੜ੍ਹਾ ਜਿਹਾ ਪਕਾਵਾਂਗੇ ਇਹਨੂੰ, ਚੰਗੀ ਤਰ੍ਹਾਂ ਹਿਲਾਓ ਤੁਸੀਂ। ਅਸੀਂ ਹੁਣ ਇਹਦੇ ਵਿੱਚ ਐਡ ਕਰਾਂਗੇ ਜੀ ਨਮਕ। 2 ਚਮਚੇ ਅਸੀਂ ਨਮਕ ਦੇ ਪਾਏ ਜੀ। ਹੁਣ ਅਸੀਂ ਇਹਦੇ ਵਿੱਚ ਪਾਇਆ ਹੈਗਾ ਜੀ ਹਰੀ ਮਿਰਚ, ਸਵਾਦ ਅਨੁਸਾਰ ਲੂਣ ਵੀ ਸਵਾਦ ਅਨੁਸਾਰ ਹੀ ਪਾਉਣਾ ਜੀ। ਹੁਣ ਅਸੀਂ ਇਹਦੇ ਵਿੱਚ ਪਾਇਆ ਜੀ ਟਮਾਟੇ ਗ੍ਰੈਂਡ ਕੀਤੇ ਹੋਏ, ਸੇਮ ਚੰਗੀ ਤਰ੍ਹਾਂ ਹਿਲਾਵਾਂਗੇ ਇਹਨੂੰ। ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਹਲਦੀ। ਹਲਦੀ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਇਆ ਜੀ ਗਰਮ ਮਸਾਲਾ। ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਟਮਾਟੋ ਸੌਸ। ਅਸੀਂ ਇਹਦੇ ਵਿੱਚ ਪਾਵਾਂਗੇ ਜੀ ਚਿੱਲੀ ਸੌਸ। ਅਸੀਂ ਚਿੱਲੀ ਸੌਸ ਆਪਣੇ ਸਵਾਦ ਅਨੁਸਾਰ ਹੀ ਪਾਉਣੀ ਹੈ ਜੀ। ਅਸੀਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ। ਹਾਂਜੀ, ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਮੈਕਰੋਨੀ। ਚੰਗੀ ਤਰ੍ਹਾਂ ਹਿਲਾਵਾਂਗੇ ਜੀ। ਹੁਣ ਜੋ ਮਸਾਲਾ ਅਸੀਂ ਬਣਾਇਆ ਚੰਗੀ ਤਰ੍ਹਾਂ ਹਿਲਾਉਣ ਲੱਗ ਜਾਵੇ।